ਹੈਲੋ एवरीवन वेलकम टू ਟੈਟ ਬਜ਼ਰ ਗੁੱਡ ਈਵਨਿੰਗ ਟੂ 올 ਹੋਪਫੁਲੀ ਸਾਰਿਆਂ ਨੂੰ ਵੌਇਸ ਕਲੀਅਰ ਆ ਰਹੀ ਹੋਏਗੀ ਪਹਿਲਾਂ ਤਾਂ ਮੈਂ ਆਪਦੇ ਆਪ ਨੂੰ ਇੰਟਰੋਡਿਊਸ ਕਰਦਾ ਆ ਮ੍ਰਿਤਿਕਾ ਫਰਮ ਅਬੋਹਰ ਪੰਜਾਬ ਹੋਪਫੁਲੀ ਅੱਜ ਦਾ ਸੈਸ਼ਨ ਸਾਰਿਆਂ ਨੂੰ ਆਡੀਬਲ ਹੋਏਗਾ ਪ੍ਰੋਪਰਲੀ ਤੇ ਵਿਜੀਬਲ ਵੀ ਹੋਏਗਾ ਹਾਂਜੀ ਤਾਂ ਵੱਧ ਤੋਂ ਵੱਧ ਇਸ ਲੈਕਚਰ ਨੂੰ ਸ਼ੇਅਰ ਕਰ ਦਿਓ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜੇ ਬਾਇਓਲੋਜੀ ਦੇ ਆਪਣੇ ਕੁਐਸਚਨਸ ਐ ਦੇ ਅੰਦਰ ਹੋਣਗੇ ਜੋ ਕਿ 994 ਦੇ ਰਿਗਾਰਡਿੰਗ ਤੇ ਮੈਥ ਸਾਇੰਸ ਦੇ ਰਿਗਾਰਡਿੰਗ ਜਿਹੜਾ ਪੀਐਸਟੈਟਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲੇ ਐ ਔਰ ਜਿਵੇਂ ਤੁਹਾਨੂੰ ਪਤਾ ਹੀ ਐ ਕਿ ਬਾਇਓਲੋਜੀ ਮੈਂ ਕਰਵਾਨੀ ਐ ਤੇ ਫਿਜ਼ਿਕਸ ਕੈਮਿਸਟਰੀ ਐਂਡ ਮੋਲ ਸਰ ਕਰਵਾਂਦੇ ਹਨ ਤਾਂ ਉਹਦੇ ਵਿੱਚ ਜਿਹੜੇ ਕੀ ਐ 3-4 ਕੁਐਸਚਨ ਮੈਂ ਫਿਜ਼ਿਕਸ ਤੇ ਪਾ ਦੇਣੇ ਕਿ ਤੁਸੀਂ ਬੋਰ ਨਾ ਹੋ ਬਾਇਓ ਦੇ ਕੁਐਸਚਨਸ ਨੂੰ ਲੈ ਕੇ ਆਪਣੇ ਉਹਦੇ ਵਿੱਚ ਵੀ ਰਹਿਣਗੇ ਤੇ ਪਲੀਜ਼ ਵੱਧ ਤੋਂ ਵੱਧ ਇਸ ਲੈਕਚਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਇਸ ਲੈਕਚਰ ਨੂੰ ਅੱਗੇ ਲੈ ਕੇ ਚੱਲਦੇ ਆਂ ਤੇ ਜਲਦੀ ਹੀ ਆਪਣੀਆਂ ਹੋਰ ਵੀ ਸੀਰੀਜ਼ ਸਟਾਰਟ ਹੋਣ ਜਾ ਰਹੀਆਂ ਜਿਹਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਤੇ ਤੁਸੀਂ ਆਪ ਵੀ ਲਗਾਣੀ ਹੈ ਔਰ ਅਗਰ ਆਪਾਂ ਗੱਲ ਕਰੀਏ ਸਾਈਕੋਲੋਜੀ ਪਲੱਸ ਸੀਡੀਪੀ ਦੇ ਰਿਗਾਰਡਿੰਗ ਆਪਣੇ ਜਿਹੜਾ ਬੈਚ ਸਟਾਰਟ ਹੋ ਚੁੱਕਿਆ ਡੀਅਰ ਵੇਟ ਨਾ ਕਰੋ ਐਗਜ਼ਾਮ ਦੀ ਨੋਟੀਫਿਕੇਸ਼ਨ ਆਂਦੀ ਆਂ ਦਾ ਕੁਝ ਨਹੀਂ ਪਤਾ ਲੱਗਾ ਦਾ ਲਾਸਟ ਟਾਈਮ ਵੀ ਇੱਕ ਮਨਥ ਮਨਥ ਦਾ ਵੀ ਟਾਈਮ ਨਹੀਂ ਮਿਲਿਆ ਸੀ ਪ੍ਰੋਪਰਲੀ ਜਦੋਂ ਪੇਪਰ ਹੋ ਗਿਆ ਸੀ ਤਾਂ ਸਾਈਕੋਲੋਜੀ ਪਲੱਸ ਕੰਪਲੀਟ ਪੈਡਾਗੋਜੀ ਦੀ ਗੱਲ ਕਰੀਏ ਠੀਕ ਹੈ ਜੀ ਆਲਰੇਡੀ ਬਹੁਤ ਜ਼ਿਆਦਾ ਟਾਈਮ ਮਿਲ ਚੁੱਕਿਆ ਸਾਰਿਆਂ ਨੂੰ ਫ੍ਰੀ ਡੈਮੋਸ ਦੇਖਣ ਲਈ ਟੈਡ ਬਜ਼ਰ ਐਪ ਨੂੰ Google Play Store ਤੋਂ ਇੰਸਟਾਲ ਕਰੋ ਦੋ ਪਾਸੇ ਹਾਈ ਕੋਰਸ ਹੈ ਟੌਪਿਕ ਵਾਈਜ਼ ਥਿਊਰੀ ਪਲੱਸ MCQਸ ਮਿਲਣਗੇ ਤੁਹਾਨੂੰ ਉਸ ਵਕ ਪਹਿਲਾ ਕੁਐਸਚਨ ਅੱਜ ਦਾ ਮਾਈਟੋਕੋਂਡਰੀਆ ਆਰ ਦਾ ਸੀਡਸ ਆਫ ਹਾਂਜੀ ਦੱਸੋ ਦਾ ਅਨਸਰ ਕੀ ਰਹੇਗਾ ਹਾਂਜੀ ਜਲਦੀ ਤੋਂ ਜਲਦੀ ਆਨਸਰ ਦੋ ਕੀ ਰਹੇਗਾ ਮਾਈਟੋਕੌਂਡਰੀਆ ਕੀਟਾਂ ਹਨ ਹਾਂਜੀ ਮਾਈਟੋਕੋਂਡਰੀਆ ਦੇਖੋ ਪਹਿਲਾ ਤਾਂ ਤੁਸੀਂ ਕਹਿ ਦੋਗੇ ਜੀ ਐਰੋਬਿਕ ਰੈਸਪੀਰੇਸ਼ਨ ਦੇ ਅੰਦਰ ਜਿਵੇਂ ਦੇਖੋ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਪ੍ਰਕਿਰਿਆ ਹੋ ਰਹੀ ਹੈ ਉਹ ਆਪਾਂ ਉਹਨੂੰ ਕਹਿ ਦਿੰਨੇ ਆ ਸਾਰੀ ਐਰੋਬਿਕ ਬੋਲ ਦਿੰਨੇ ਆ ਜੇਕਰ ਤੁਹਾਡੇ ਸਾਹਮਣੇ ਕਰਬ ਸਾਈਕਲ ਆ ਜਾਵੇ ਕਰਬ ਸਾਈਕਲ ਦਾ ਮਤਲਬ ਜਿਹੜਾ ਹੈਗਾ ਜੀ ਬੇਸਿਕਲੀ ਡੀਅਰ ਅਗਰ ਆਪਾਂ ਗੱਲ ਕਰੀਏ ਕਰਬ ਸਾਈਕਲ ਦੇ ਬਾਰੇ ਤਾਂ ਮਾਈਟੋਕੋਂਡਰੀਆ ਜਿਹੜਾ ਕਰਬ ਸੈਲ ਦੇ ਨਾਲ ਕੀ ਹੈ ਕਿ ਜਦੋਂ ਵੀ ਏਟੀਪੀ ATP ਦੇ ਰਿਗਾਰਡਿੰਗ ਜਦੋਂ ਵੀ એનર્ਜੀ ਪ੍ਰੋਡਿਊਸ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਹੈ ATP ਦੀ ਫੁੱਲ ਫਾਰਮ ਐਡੀਨੋਟ੍ਰਾਈਫੋਸਫੇਟ ਰਹਿੰਦੀ ਹੈ ਜੀ ਜਦੋਂ ਵੀ ਆਕਸੀਡੇਸ਼ਨ ਦੇ ਨਾਲਾਂ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਸ ਪ੍ਰਕਿਰਿਆ ਨੂੰ ਆਪਾਂ ਕਰਬ ਸਾਈਕਲ ਆਫ ਐਰੋਬਿਕ ਰੈਸਪੀਰੇਸ਼ਨ ਦੇ ਦਿੰਦੇ ਆ ਜੇਕਰ ਆਪ ਆਪਸ਼ਨ ਨਾ ਹੋਵੇ ਐਗਜ਼ਾਮ 'ਚ ਫਿਰ ਆਪਾਂ ਐਰੋਬਿਕ ਰੱਖ ਸਕਦੇ ਆ ਪਰ ਜਦੋਂ ਕਰਬ ਸਾਈਕਲ ਆ ਜਾਵੇ ਤਾਂ ਫਿਰ ਆਨਸਰ ਕੀ ਰਹੇਗਾ ਜੀ ਕਰਬ ਸਾਈਕਲ ਆਫ ਐਰੋਬਿਕ ਰੈਸਪੀਰੇਸ਼ਨ ਕਲੀਅਰ ਹੋ ਗਈ ਗੱਲ उस मोस्ट कॉमन टाइप ऑफ ग्राउंड इज़ मोस्ट कॉमन टाइप ऑफ ग्राउंड टिश्यू इज एपिडर्मिस एपीडरमीस कॉलनकाइमसलैरनकाइमा एटीपी दी फुल फॉर्म देख लो एडिनो ट्राई फोसफेट ਹਾਂਜੀ ਕੀ ਰਹੇਗਾ ਬਿਲਕੁਲ ਪੈਰੈਂਕਾਈਮਾ ਕਿਉਂਕਿ ਦੇਖੋ ਗਰਾਉਂਡ ਪੁੱਛਿਆ ਜੀ ਗਰਾਉਂਡ ਸਭ ਤੋਂ ਨੀਚੇ ਵਾਲੀ ਲੇਅਰ ਅੱਗੀ ਹੈ ਜੀ ਪੈਰੈਂਕਾਈਮਾ ਉੱਪਰ ਫਿਰ ਕੀ ਆਉਂਦੀ ਹੈ ਜੀ ਕੋਲਨਕਾਈਮਾ ਫਿਰ ਆ ਜਾਂਦੀ ਹੈ ਸਕਲੈਰਨਕਾਈਮਾ ਪੈਰੈਂਕਾਈਮਾ ਦਾ ਕੰਮ ਕੀ ਹੁੰਦਾ ਹੈ ਜੀ ਜਿਹੜੀ ਟਿਸ਼ੂ ਹੈ ਪੈਰੈਂਕਾਈਮਾ ਟਿਸ਼ੂ ਹੈ ਜਿਹੜੀ ਸਭ ਤੋਂ ਥੱਲੇ ਗਰਾਉਂਡ ਟਿਸ਼ੂ ਚ ਪਾਇਆ ਜਾਂਦਾ ਹੈ ਐਨੇ ਭੋਜਨ ਸਟੋਰ ਕਰਨਾ ਹੈ ਐਂਦੀਆਂ ਦੀਵਾਰਾਂ ਵੀ ਪਤਲੀਆਂ ਹਨ ਨੇ ਲਿਵਿੰਗ ਵੀ ਹੈਗਾ ਹੈ ਤਾਂ ਆਪਣਾ ਕੀ ਰਹੇਗਾ ਆਨਸਰ ਡੀ ਆਪਸ਼ਨ ओके ਆਪਣਾ आंसर क्या आएगा जी डी ऑप्शन चलो क्वेश्चन कर दिया अगला रेस्पिरेशन इन अर्थ्रोपोड्स अकर्स थ्रू Hello, so Very good. Very good. ਸਾਨੂੰ ਪਤਾ ਜਿਹੜੇ ਆਰਥਰੋਪੋਡਾਸ ਹੈਗੇ ਆ ਉਹ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਕੀ ਹੈਗੀ ਹੈ ਜੀ ਸਾਹ ਦੀ ਕਿਰਿਆ ਕਰਦੇ ਆ ਹੁਣ ਜਿਹੜੇ ਕੀ ਧਰਤੀ ਤੇ ਰਹਿਣ ਵਾਲੇ ਆਰਥਰੋਪੋਡਾ ਉਹ ਕਿਹੜੇ ਰਹਿਣਗੇ ਕਿ ਕਿੰਦੇ ਨਾਲ ਲੈਂਗੇ ਜੀ ਲੰਗਸ ਨਾਲ ਲੈ ਲੰਗੇ ਬੇਸਿਕਲੀ ਅਗਰ ਆਪਾਂ ਗੱਲ ਕਰੀਏ ਹੈਨਾ ਉਸ ਬਾਅਦ ਕੀ ਹੈ ਜੀ ਅਗਰ ਐਕਵਾਟਿਕ ਹੈਗੇ ਪਾਣੀ ਵਿੱਚ ਰਹਿਣ ਵਾਲੇਗੇ ਤਾਂ ਉਹ ਗਲ ਫੇਫੜਿਆਂ ਦੁਆਰਾ ਲੈ ਲਨਗੇ ਠੀਕ ਹੈ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਔਰ ਕੁਝ ਕੀ ਐਟ੍ਰੈਕੀਆ ਦੁਆਰਾ ਤੁਹਾਨੂੰ ਪਤਾ ਸਾਹਨਲੀ ਦੁਆਰਾ ਲੈ ਰਹੇ ਨੇ ਤਾਂ ਇਹ ਤਿੰਨੋਂ ਹੀ ਆਪਣੀ ਪ੍ਰਕਿਰਿਆ ਵਿੱਚ ਆ ਜਾਂਦੇ ਆ ਤਾਂ ਡੀ ਆਪਸ਼ਨ ਰਹੇਗਾ ਠੀਕ ਹੈ ਜੀ ਬਿਲਕੁਲ ਮੈਂ ਤੁਹਾਡੇ ਆਨਸਰਸ ਚੈੱਕ ਕਰ ਰਹੀ ਹਾਂ ਨਾਲ ਨਾਲ ਆਪਸ਼ਨ ਡੀ ਇਜ਼ ਰਾਈਟ when a few drops of iodine solution are added to rice water the solution turns blue black in color this indicate that water contains हां जी क्लियर हो गया सारेयानु ਸੁਖ ਟੂ ਸੁਖ ਟੂਰ ਵਲੌਗਸ ਜੀ ਤੁਹਾਡੀ ਅਗਰ ਆਨਸਰ ਦਿਆਂ ਤਾਂ ਮੈਂ ਦੇਖੋ ਆਰਥ్రోਪੋਡਾ ਦੇ ਅੰਦਰ ਅਬਾਊਟ 9 ਲੱਖ ਸਪੀਸੀਜ਼ ਆ ਜਾਂਦੀਆਂ ਇੱਕ ਫਾਈਲਮ ਹੈਗਾ ਜਿੰਦੇ ਅੰਦਰ ਬਹੁਤ ਸਾਰੀਆਂ ਜਾਤੀਆਂ ਪਾਈਆਂ ਜਾਂਦੀਆਂ ਡੀਰੋਂ ਦੇ ਚ ਇਨਸੈਕਸ ਵੀ ਆ ਜਾਂਦੇ ਆ ਹਾਂਜੀ ਬਿਲਕੁਲ ਸਟਾਰਚ ਬਿਲਕੁਲ ਜੀ ਸਟਾਰਚ ਤੁਹਾਨੂੰ ਪਤਾ ਨਾ ਆਪਾਂ ਕਹਿ ਵੀ ਦਿੰਨੇ ਆ ਕਿ ਪਾਣੀ ਆਪਾਂ ਰਾਈਸ ਨੂੰ ਬੋਇਲ ਕਰਕੇ ਪਾਈਏ ਨਾ ਕੋਈ ਵੀ ਚੀਜ਼ ਆਪਾਂ ਬੋਇਲ ਕਿਉਂਕਿ ਰਾਈਸ ਦੇ ਵਿੱਚ ਬਹੁਤ ਜ਼ਿਆਦਾ ਅਮਾਊਂਟ ਚ ਸਟਾਰਚ ਹੁੰਦਾ ਹੈ ਤਾਂ ਕਢਾਲ ਦੋ ਤਾਂ ਕਹਿੰਦੇ ਨਾ ਕਿ ਫੈਟ ਨਿਕਲ ਜਾਂਦਾ ਆ ਆਪਣੇ ਇੱਕ ਮਿੱਥ ਬਣਿਆ ਹੋਇਆ ਬੇਸਿਕਲੀ ਚਲ श्रीर 10 ਤੋਂ 12 ਸਾਲ ਦੀ ਉਮਰ ਵਿੱਚ ਕਿਸ ਹਾਰਮੋਨ ਦੇ ਸ੍ਰਾਵ ਨਾਲ ਸਰੀਰ ਵਿੱਚ ਸਰੀਰਕ ਪਰਿਵਰਤਨ ਹੁੰਦੇ ਆ? ਦ ਸਕ੍ਰੀਸ਼ਨ ਆਫ ਵਿਚ ਹਾਰਮੋਨ ਲੀਡਸ ਟੂ ਫਿਜ਼ੀਕਲ ਚੇਂਜ ਇਨ ਦਾ ਬਾਡੀ ਵੈਨ ਯੂ ਆਰ 10 ਟੂ 12 ইয়ার্স ਆਫ এজ। ਹਾਂਜੀ ਹਾਂਜੀ ਸੁਮਨ ਜੀ ਬਿਲਕੁਲ। ਦਸੋ ਕੀ ਰਹੇਗਾ? ਤਾਨੂੰ ਪਤਾ ਹੈ ਮੇਲਸ ਦੇ ਅੰਦਰ ਜਿਹੜੇ ਟੈਸਟਿਸ ਦੇ ਅੰਦਰ ਉਹ ਕਿਹੜਾ ਹਾਰਮੋਨ ਰਿਲੀਜ਼ ਹੁੰਦਾ ਜੀ ਸੈਕ੍ਰੀਟ ਹੁੰਦਾ ਟੈਸਟੋਸਟਰੋਨ ਤੇ ਓਵਰੀ ਫੀਮੇਲ ਦੇ ਅੰਦਰ ਕਿਹੜਾ ਹੁੰਦਾ ਜੀ ਐਸਟ੍ਰੋਜੈਨਿਕ ਐਸਟ੍ਰੋਜੋਨ ਬੋਲ ਦਿੰਨੇ ਆ ਜਦੋਂ ਕੀ ਹੈ ਜੀ ਜਦੋਂ ਮੇਲ ਕੀ ਹੈ ਇਹ ਕੰਮ ਮਤਲਬ ਮੇਲ ਤੇ ਫੀਮੇਲ ਦੇ ਅੰਦਰ ਅਗਰ ਇਹ ਹਾਰਮੋਨਸ ਨਾ ਬਣ ਰਹੇ ਹੋਣ ਤਾਂ ਉਹਨਾਂ ਨੂੰ ਬਾਹਰੋਂ ਆਰਟੀਫੀਸ਼ੀਅਲ ਤੌਰ ਤੇ ਵੀ ਇਹਨਾਂ ਨੂੰ ਹਾਰਮੋਨ ਲੈ ਸਕਦੇ ਆ ਵਿਦ ਆ ਵਿਦ ਦਾ ਹੈਲਪ ਆਫ ਕੋਰਸਸ ਦੇ ਨਾਲ ਚਲੋ ਅਗਰ

ਤੇ ਜਲਦੀ ਹੀ ਬਾਕੀ ਸੀਰੀਜ਼ ਵੀ ਜਲਦੀ ਹੀ ਸਟਾਰਟ ਹੋਣ ਜਾ ਰਹੀਆਂ ਲਾਈਕ ਆਪਣੀਆਂ ਜਿਹੜੀਆਂ ਮੈਥ ਦੀ ਸੀਰੀਜ਼ ਹੋਊਗੀ ਹੈਨਾ ਜੀ ਉਸ ਬਾਅਦ ਹਿੰਦੀ ਦੀ ਸੀਰੀਜ਼ ਵੀ ਆਪਾਂ ਜਲਦੀ ਸਟਾਰਟ ਕਰਨ ਜਾ ਰਹੇ ਆ ਪੰਜਾਬੀ ਦੀ ਆਲਰੇਡੀ ਲੱਗ ਰਹੀ ਹੈ ਇੰਗਲਿਸ਼ ਦੀ ਵੀ ਸਟਾਰਟ ਹੋਣ ਜਾ ਰਹੀ ਹੈ ਠੀਕ ਹੈ ਜੀ ਪਰ ਐਦਾਂ ਨਹੀਂ ਕਿ ਐਵੇਂ एमसीक्यू ਰਖਾ ਤੇ ਐਵੇਂ ਕਲਾਸਾਂ ਲਾ ਲੀਆਂ ਐਦਾਂ ਨਹੀਂ ਇੰਪੋਰਟੈਂਟ ਐਮਸੀਕਿਊਜ਼ ਲੈ ਕੇ ਆਣਾਂ ਹਾਂਜੀ ਇਹਦਾ ਆਪਸ਼ਨ ਕੀ ਆਏਗਾ ਏ ਆਏਗਾ ਬਿਕੋਜ਼ ਦੇਖੋ ਅਗਰ ਇੱਥੇ ਰੀਜਨਰੇਸ਼ਨ ਦੀ ਜਗ੍ਹਾ ਤੇ ਬਡਿੰਗ ਹੁੰਦਾ ਨਾ ਰੀਜਨਰੇਸ਼ਨ ਦੇ ਨਾਲ ਬਡਿੰਗ ਹੁੰਦਾ ਤਾਂ ਆਪਾਂ ਬਡਿੰਗ ਐਗਜ਼ਾਮਪਲ ਆਦਲਣਾ ਆਦ ਨਹੀਂ ਸੀ ਕਿਉਂਕਿ ਇਹਨਾਂ ਦੋਨਾਂ ਦੇ ਐਗਜ਼ਾਮਪਲ ਆ ਸੇਮ ਹੀ ਨੇ ਪਰ ਜਿਆਦਾ ਬਾਈਂਡਿੰਗ ਬਡਿੰਗ ਦੇ ਵਿੱਚ ਹੁੰਦਾ ਬਡਿੰਗ ਦਾ ਮਤਲਬ ਵੀ ਕੀ ਹੈਗਾ ਕਿ ਜਿਹੜਾ ਕੋਈ ਵੀ ਆਜਾ ਜੀਵ ਜਿਹੜਾ ਕਿ ਹੈ ਆਪਦੇ ਸਰੀਰ ਦੇ ਵਿੱਚੋਂ ਹੀ ਨਵੇਂ ਜੀਵ ਨੂੰ ਪੈਦਾ ਕਰਨਾ ਹੈ ਠੀਕ ਹੈ ਉਹ ਆਪਣੀ ਬਡਿੰਗ ਹੁੰਦੀ ਹੈ ਪਰ ਅਗਰ ਅਗਰ ਬਰਡਿੰਗ ਐਗਜ਼ੈਂਪਲ ਬਰਡਿੰਗ ਦੇ ਨਾਲ ਰੀਜਨਰੇਸ਼ਨ ਦੋਨੋਂ ਆਂਦਾ ਤਾਂ ਫਿਰ ਆਪਾਂ ਬਰਡਿੰਗ ਨੂੰ ਲਗਾਉਂਦੇ ਸੱਤਵਾਂ ਕੁਐਸਚਨ ਅਕੋਰਡਿੰਗ ਟੂ ਦਾ ਐਵੋਲੂਸ਼ਨਰੀ ਥਿਊਰੀ ਫਾਰਮੇਸ਼ਨ ਆਫ ਨਿਊ ਸਪੀਸੀਜ਼ ਇਜ਼ ਜਨਰਲੀ ਡਿਊ ਟੂ ਹਾਂਜੀ ਦੱਸੋ ਕੀ ਰਹੇਗਾ 7ਵੇਂ ਕੁਐਸਚਨ ਦਾ ਆਨਸਰ ਹਾਂਜੀ ਬਿਲਕੁਲ ਕੀ ਰਹੇਗਾ ਐਕਮੂਲੇਸ਼ਨ ਆਫ ਵੇਰੀਏਸ਼ਨ ਓਵਰ ਸਵਰਲਲ ਜਨਰੇਸ਼ਨਸ ਕਈ ਪੀੜੀਆਂ ਵਿੱਚ ਵਿਭਿੰਨਤਾਵਾਂ ਦਾ ਸੰਚਨ ਹਾਂਜੀ ਡੀਅਰ ਕਈ ਪੀੜੀਆਂ ਵਿੱਚ ਵੀ ਪਿੰਤਾਵਾਂ ਦਾ ਸੰਚੇਲਨ ਹੁੰਦਾ ਹੈ ਕਿ ਉਹ ਕਹਿੰਦੇ ਜਦੋਂ ਵੀ ਆਪਾਂ ਵਿਕਾਸਵਾਦੀ ਸਿਧਾਂਤ ਦੇ ਅਨਸਾਰ ਦੇਖੀਏ ਤਾਂ ਨਵੀਂ ਜਾਤੀਆਂ ਜਿਹੜੀਆਂ ਪੁਰਾਣੀਆਂ ਦੇ ਨਾਲ-ਨਾਲ ਨਹੀਂ ਹੋਣਗੀਆਂ ਹੁਣ ਆਪਾਂ ਕਹਿディー ਮੰਨ ਲਓ ਅੱਜ ਦੀ ਗੱਲ ਕਰੀਏ ਅਗਰ ਮੈਂ ਕਹਾਂ ਕਿ ਮੇਰਾ ਜੜਾ ਬਿਲਕੁਲ ਸ਼ਕਲ ਵਗੈਰਾ ਸਭ ਕੁਝ ਮੇਰੇ ਦਾਦਾ ਜੀ ਨਾਲ ਜਾਂ ਦਾਦੀ ਜੀ ਨਾਲ ਮਿਲਦੀ ਐ ਇਦਾਂ ਨਹੀਂ ਹੋਏਗੀ ਹਾਂ ਮੈਂ ਉਹਨਾਂ ਦੇ ਵਰਗੀ ਲੱਗਦੀ ਹੋਵਾਂਗੀ ਪਰ ਸਾਰੇ ਕੈਰੈਕਟਰਸ ਮੇਰੇ ਉਹਨਾਂ ਦੇ ਨਾਲ ਨਹੀਂ ਹੋਣਗੇ ਸੇ ਠੀਕ ਹੈ ਜਿਵੇਂ ਜਿਵੇਂ ਪੀੜ੍hiyan ਵੱਧਦੀਆਂ ਜਾਂਦੀਆਂ ਹਨ ਕੈਰੈਕਟਰਸ ਵੀ ਉਹਦੇ ਅੰਦਰ ਕੀ ਹੈ ਜੀ ਬਦਲਦੇ ਜਾਂਦੇ ਕੈਰੈਕਟਰ ਵੀ ਹੋਗੇ ਬਹੁਤ ਸਾਰੀਆਂ ਚੀਜ਼ਾਂ ਕੀ ਹੈ ਚੇਂਜਸ ਆਉਂਦੀਆਂ ਰਹਿੰਦੀਆਂ ਇਹਨੂੰ ਤਾਂ ਆਪਾਂ ਇਵੋਲੂਸ਼ਨ ਕਹਿ ਦਿੰਦੇ ਆ ਵਿਕਾਸ ਕਹਿ ਦਿੰਦੇ ਹਾਂਜੀ ਵਿਚ ਵਨ ਇਜ਼ ਐਨ ਆਇਲ ਈਲਡਿੰਗ ਪਲਾਂਟ ਅਮੰਗ ਦਾ ਫਾਲੋਇੰਗ ਹੇਠ ਲਿਖਿਆ ਵਿੱਚੋਂ ਕਿਹੜਾ ਤੇਲ ਦੇਣ ਵਾਲਾ ਪੌਦਾ ਹੈ ਦਾਲ ਗੋਭੀ ਤੇ ਹਿਬਿਸਕਸ ਹਾਂਜੀ ਹੀ ਡਿਸਕਸ ਦਾ ਅਗਰ ਕਈਆਂ ਨੂੰ ਨਹੀਂ ਪਤਾ ਤਾਂ ਉਹ ਹੁੰਦਾ ਜੀ ਗੜਹਲ ਦਾ ਫੁੱਲ ਹੁੰਦਾ ਨਾ ਉਹਨੂੰ ਕਹਿੰਦੇ ਆ ਤਾਂ ਜਿਹੜਾ ਕੀ ਹੈ ਆਇਲ ਈਲਡਿੰਗ ਪਲਾਂਟ ਹੈਗਾ ਉਹ ਆਪਣਾ ਕੀ ਰਹੇਗਾ ਦਰ ਸਨਫਲਾਰ ਸੂਰਜਮੁਖੀ ਦਾ ਬਿਲਕੁਲ ਠੀਕ ਹੈ ਪ੍ਰੀ ਰਿਕਾਰਡਡ ਪਲੱਸ ਰਿਕਾਰਡਡ ਲੈਕਚਰ ਆਪਨੇ ਮਿਲਦੇ ਆ ਸਭ ਤੋਂ ਮੇਨ ਗੱਲ ਪੀਐਸਟੈਟ ਪੇਪਰ 1 ਤੇ ਪੇਪਰ 2 ਦੀ ਪ੍ਰੈਪਰੇਸ਼ਨ ਸਟਾਰਟ ਕਰ ਲਓ ਆਪਦੀ ਅ ਡੀਅਰ ਵੇਟ ਨਾ ਕਰੋ ਕਿਸੇ ਪੇਪਰ ਦੇਣ ਵਾਸਤੇ ਸਾਡੇ ਕੋਲ ਡੇਟ ਹੋਣੀ ਚਾਹੀਦੀ ਹੈ ਐਸਐਸਟੀ ਦੀ ਗੱਲ ਕਰੀਏ ਤੇ ਫ੍ਰੀ ਡੈਮੋ ਦੇਖਣ ਲਈ ਤੁਸੀਂ ਟੈਡਵਜ਼ਰ ਐਪ ਨੂੰ ਗੂਗਲ ਪਲੇ ਸਟੋਰ ਤੋਂ ਹੁਣੇ ਇੰਸਟਾਲ ਕਰ ਸਕਦੇ ਹੋ 9594 ਦੇ ਰਿਗਾਰਡਿੰਗ ਵੀ ਆਪਣਾ ਬੈਚ ਆ ਚੁੱਕਿਆ ਹੈ ਤੇ ਉਸ ਤੋਂ ਬਾਅਦ ਕਿ ਲਾਈਵ ਤੇ ਰਿਕਾਰਡਡ ਕਲਾਸਿਸ ਤੁਹਾਨੂੰ ਮਿਲ ਜਾਣਗੀਆਂ ਟੌਪਿਕ ਵਾਈਜ਼ ਥਿਊਰੀ ਪਲੱਸ ਐਮਸੀਕਿਊ ਮਿਲਣਗੇ ਦੋ ਭਾਸ਼ਾਈ ਕੋਰਸ ਹੋਣਗੇ ਇੰਗਲਿਸ਼ ਪਲੱਸ ਪੰਜਾਬੀ ਫ੍ਰੀ ਡੈਮੋਸ ਦੇਖਣ ਲਈ ਟੈਡਵਜ਼ਰ ਐਪ ਨੂੰ ਗੂਗਲ ਪਲੇ ਸਟੋਰ ਤੋਂ ਹੁਣੇ ਇੰਸਟਾਲ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਨੋਵਾਂ ਕੁਐਸਚ ਜੇ ਤੁਸੀਂ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਹੇਠਾਂ ਤੋਂ ਹੇਠਾਂ ਵਿੱਚੋਂ ਕਿਹੜਾ ਤੁਹਾਨੂੰ ਬਿਮਾਰ ਬਣਾ ਸਕਦਾ ਹੈ ਵਿਚ ਆਫ ਦਾ ਫੋਲੋਇੰਗ ਕੈਨ ਮੇਕ ਯੂ ਇਲ ਇਫ ਯੂ ਕਮ ਇਨ ਕੰਟੈਕਟ ਵਿਦ ਐਨ ਇਨਫੈਕਟਿਡ ਪਰਸਨ ਹਾਂਜੀ ਦੱਸੋ ਕੀ ਰਹੇਗਾ ਆਨਸਰ ਹਾਂਜੀ ਬਿਲਕੁਲ ਛਿਕਨਾ ਬਿਲਕੁਲ ਜੀ ਛਿੱਕਣ ਨਾਲ ਜਦੋਂ ਵੀ ਆਪਾਂ ਸਨੀਜ਼ ਕਰਦੇ ਆ ਆਪਣੀ ਬਾਡੀ ਦੇ ਜਿਹੜੇ ਵੀ ਆਪਾਂ ਇਨਫੈਕਟ ਆਪਾਂ ਜਰਮਸ ਬਾਹਰ ਕਰਦੇ ਹਾਂ ਆਪਣੇ ਆਲੇ ਦੁਆਲੇ ਦੇ ਵੀ ਲੋਕਾਂ ਦੇ ਵਿੱਚ ਆ ਜਾਂਦੇ ਆ ਦਾ ਟੂ ਫਾਰਮਸ ਆਫ ਆਕਸੀਜਨ ਫਾਊਂਡ ਇਨ ਦਾ ਐਟਮੋਸਫੀਅਰ ਆਰ ਪਾਣੀ ਜਿਹੜਾ ਆਕਸੀਜਨ ਦੇ ਰੂਪ ਵਿੱਚ ਵਾਤਾਵਰਣ ਵਿੱਚ ਪਾਏ ਜਾਂਦੇ ਕਿਹੜੇ ਕਿਹੜੇ ਮੋਲੀਕਿਊਲਸ ਹੈਗੇ ਦੱਸੋ ਹਾਂਜੀ ਬਿਲਕੁਲ ਓਜ਼ੋਨ ਤੇ ਆਕਸੀਜਨ ਦੇਰ ਵਾਟਰ ਦੇ ਵਿੱਚ ਤਾਂ ਹਾਈਡਰੋਜਨ ਵੀ ਆ ਜਾਂਦਾ ਨਾ ਓਜ਼ੋਨ ਦੇ ਆਪ ਦੇ ਕਿੰਨੇ ਮੋਲੀਕੂਲ ਹੈ ਆਕਸੀਜਨ ਦੇ O3 ਆਕਸੀਜਨ ਨਾਲ ਕਿੰਨੇ ਹੈ ਜੀ O2 ਠੀਕ ਹੈ ਨਾ ਜੀ ਸਤਪਾਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਤੁਹਾਡਾ ਆਨਸਰ ਬਿਲਕੁਲ ਸਹੀ ਹੈ 11ਵਾਂ ਕੁਐਸਚਨ ਤੁਹਾਡੇ ਸਾਹਮਣੇ ਨੰਮਰਿਕਲ ਰਹੇਗਾ ਨੰਮਰਿਕਲ ਆਪ ਬਹੁਤ ਚੰਗੀ ਤਰ੍ਹਾਂ ਕਰਨਾ ਔਰ ਫਾਰਮੂਲੇ ਤੁਹਾਨੂੰ ਅੰਦਰ ਥੋੜੇ ਜਿਹਾ ਯਾਦ ਰੱਖਣ ਦੀ ਲੋੜ ਹੈ ਬੱਸ कैलकुलेट द हीट प्रोड्यूस्ड व्हेन 96000 कूलंब ऑफ चार्ज इज ट्रांसफर्ड इन ही 1 आर थ्रू अ पोटेंशियल डिफरेंस ऑफ 50 वोल्ट्स ਹੁਣ ਚਾਰਜ ਕਿੰਨਾ ਦਿੱਤਾ ਆਪਾਂ ਨੂੰ ਕਿਉ ਕਿੰਨਾ ਦਿੱਤਾ 96000 8th ਦੀ PSCB ਦੀ ਬੁੱਕ ਦੇ ਵਿੱਚ ਵੀ ਨਿਊਮੈਰੀਕਲ ਹੈਗਾ ਇਲੈਕਟ੍ਰਿਸਿਟੀ ਚੈਪਟਰ ਦੇ ਅੰਦਰ ਇਲੈਕਟ੍ਰਿਸਿਟੀ ਚੈਪਟਰ ਦੇ ਅੰਦਰ ਵੀ ਇਹ ਵਾਲਾ ਨਿਊਮੈਰੀਕਲ ਹੈਗਾ ਸੋ ਡੋਂਟ ਮਿਸ ਇਟ ਕਰ ਲਓ ਵਧੀਆ ਤਰੀਕੇ ਨਾਲ ਟਾਈਮ ਅਗਰ 1 ਘੰਟਾ ਦਿੱਤਾ ਹੋਇਆ ਹੈ ਪਹਿਲੀ ਗੱਲ ਤਾਂ ਆਪਾਂ ਟਰਾਈ ਕਰਦੇ ਹਾਂ ਨਾ ਸੈਕਿੰਡ ਦੇ ਵਿੱਚ ਲੈ ਕੇ ਜਾਈਏ ਤਾਂ ਕੀ ਆਏਗਾ 1 ਘੰਟੇ ਦੇ ਅੰਦਰ ਕਿੰਨੇ ਮਿੰਟ ਹੈ 60 ਮਿੰਟ ਔਰ 1 ਮਿੰਟ ਦੇ ਅੰਦਰ ਕਿੰਨੇ ਸੈਕਿੰਡ ਹੁੰਦੇ 60 ਸੈਕਿੰਡ ਤਾਂ ਠੀਕ ਹੈ ਜੀ ਤਾਂ ਕਿੰਨੇ ਹੋ ਜਾਣਗੇ ਟੋਟਲ ਟਾਈਮ ਕਿੰਨਾ ਹੋ ਜਾਏਗਾ ਜੀ ਬਿਲਕੁਲ 3600 ਸੈਕਿੰਡ ਕਿੰਨਾ ਆ ਜਾਏਗਾ 3600 ਸੈਕਿੰਡ ਆ ਚੀਜ਼ ਕਲੀਅਰ ਹੋ ਗਈ 60 60 ਕਰਤਾ ਕਰੰਟ ਦਾ ਫਾਰਮੂਲਾ ਕੀ ਹੁੰਦਾ ਜੀ I Q T I ਬਰਾਬਰ ਹੈ ਜੀ Q T ਸਮਝ ਆ ਗਈ ਜੀ ਚਾਰਜ ਆਪਾਂ ਨੂੰ 96000 ਦਿੱਤਾ ਹੋਇਆ ਹੈ ਕੂਲਮ ਟਾਈਮ ਦਿੱਤਾ ਜੀ 1 ਘੰਟਾ 1 ਘੰਟੇ ਦੇ ਅੰਦਰ ਜੀ 60 ਮਿੰਟ ਹੁੰਦੇ ਆ ਤੇ 1 ਮਿੰਟ ਦੇ ਅੰਦਰ 60 ਸੈਕਿੰਡ ਤਾਂ 1 ਘੰਟਾ ਜਿਹੜਾ ਟਾਈਮ ਕਿੰਨਾ ਬਣ ਜਾਏਗਾ ਜੀ 1 ਘੰਟੇ ਦੇ ਅੰਦਰ ਕਿੰਨੇ ਸੈਕਿੰਡ ਆ 3600 ਸੈਕਿੰਡ ਹੈ ਤਾਂ ਚਾਰਜ ਕਿੰਨਾ ਹੈਗਾ ਜੀ ਆਪਣੇ ਕੋਲ 36000 ਜਿਹੜਾ ਕਿ ਚਾਰਜ ਕਿੰਨਾ 96000 3600 जीरो न जीरो गई छे दे टेबल टेबल ते, ते, ते दे एक सोलह सोलह बटा छे फिर दो दे टेबल ते आठ ते, फिर दो दे टेबल ते तीन ते, आई कि आ गया करंट कि आ गया अठ बटा तीन करंट कि बराबर आ गया जी अठ बटा तीन अस्सी आ जाएगा ना क्योंकि एक सौ साठ जीरो पेंडिंग से 80/3 ਆ 0 ਪੈਂਡਿੰਗ ਸੀ ਇੱਕ ਦੋ ਹੀ ਕੱਟੀਆਂ ਸੀ ਆਪਾਂ ਸਮਝੇ ਗਏ ਗੱਲ ਨੂੰ ਉਸ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਕਿੰਨਾ ਦਿੱਤਾ ਹੋਇਆ ਜੀ ਵੋਲਟ ਕਿੰਨਾ ਦਿੱਤਾ ਹੋਇਆ ਚਾਰਜ ਦੇ ਉੱਤੇ ਕਿੰਨਾ ਵੋਲਟ ਲੱਗ ਰਿਹਾ ਜੀ 50 ਵੋਲਟ ਆਪਾਂ ਹੀਟ نکالਨੀ ਆ ਕਿ ਨਹੀਂ ਕਾਲਨੀ ਆ ਜੀ ਆਪਾਂ ਹੀਟ نکالਨੀ ਆ ਤਾਂ ਫਾਰਮੂਲਾ ਕੀ ਹੁੰਦਾ ਜੀ H I H ਬਰਾਬਰ ਹੈ ਜੀ VIT H ਬਰਾਬਰ ਹੈ ਜੀ VIT ਵੀ ਕਿੰਨਾ ਆਪਣੇ ਕੋਲ 50 ਕਰੰਟ ਕਿੰਨਾ 80/3 ਤੇ ਟਾਈਮ ਕਿੰਨਾ ਜੀ ਆਪਣੇ ਕੋਲ 3600 ਇੱਥੇ ਤਾਂ ਕਿਸੇ ਨੂੰ ਕੋਈ ਡਾਊਟ ਆ ਤਾਂ ਪੁੱਛ ਲਓ ਥੋੜਾਇਆ ਲੈਂਥ ਹੀ ਰਹੇਗਾ ਬਸ ਫਾਰਮੂਲੇ ਯਾਦ ਪਹਿਲਾਂ I Q/t ਦੇ ਫਿਰ ਹੀਟ نکالਨੀ ਹੈ ਤੇ ਹੀਟ ਦਾ ਫਾਰਮੂਲਾ H VI T ਕਿੰਨਾ ਆ ਗਿਆ ਜੀ 1200 ਠੀਕ ਹੈ ਕਿੰਨਾ ਆ ਗਿਆ ਜੀ 5840 40 ਤੇ 58 40 ਤੇ 12 ਹਨਾ ਜੀ ਕਿੰਨਾ ਆ ਗਿਆ 48 12 ਤੇ 8 96 40 ਬਿਲਕੁਲ ਤਿਆ 48 ਜ਼ੀਰੋਆਂ ਕਿੰਨੀਆਂ ਆ ਜਾਣਗੀਆਂ 480 ਤਾਂ ਆਲਰੇਡੀ ਇਹਦੇ ਨਾਲ ਆ ਗਿਆ ਹਾਂ ਜੀ ਦੇ ਉਹ ਆਨਸਰਸ ਤੁਹਾਡੇ ਸਹੀ ਆ ਰਿਹਾ ਹੈ ਹਾਂ ਜੀ ਪਿੱਛੇ ਕਿੰਨੀਆਂ ਜ਼ੀਰੋਜ਼ ਆ ਜਾਣਗੀਆਂ 1 2 ਹਾਂਜੀ ਕਿੰਨਾ ਹੋ ਗਿਆ ਜੀ ਜਾਊਲ ਹੁਣ ਆਨਸਰ ਕਿੰਨਾ ਆ ਰਿਹਾ ਜੀ ਆਪਣੇ ਕੋਲ ਕਿੰਲੋ ਜਾਊਲ ਚ ਆ ਰਿਹਾ ਕਿੰਨਾ ਆ ਰਿਹਾ ਜੀ ਕਿਲੋ ਜਾਊਲ ਦੇ ਵਿੱਚ ਬਿਲਕੁਲ ਕਿੰਨਾ ਆਨਸਰ ਆ ਰਿਹਾ ਜੀ ਕਿਲੋ ਜਾਊਲ ਦੇ ਅੰਦਰ ਠੀਕ ਹੈ ਜੀ ਕਿਲੋ ਜਾਊਲ ਚ ਜਾਣ ਵਾਸਤੇ ਕੀ ਕਰਨਾ ਪਏਗਾ ਆਪਾਂ ਨੂੰ 48 ਦੇ ਪਿੱਛੇ ਜਿਹੜੀਆਂ ਕੀ ਐ 5 ਜ਼ੀਰੋ ਨੂੰ 1000 ਨਾਲ ਕਰ ਦਾਂਗੇ ਜੀ ਭਾਗ ਜਾ ਕਿਲੋ ਜਾਊਲ ਚ ਜਾਣ ਲਗੇ ਤਿੰਨ ਨਾਲ ਕੱਟਿਆ ਗਿਆ 4800 ਦਾ ਆਨਸਰ ਕਿਹੜਾ ਨੇੜੇ ਆ ਰਿਹਾ ਜੀ 4800 ਦਾ ਆਨਸਰ ਕਿੰਨੇ ਕਿੰਨੇ ਨੇੜੇ ਆ ਰਿਹਾ ਜੀ 4700 4788 ਕਿੰਨਾ ਆ ਰਿਹਾ ਜੀ 4788 ਕਲੀਅਰ ਮਾਨਵੀ ਜੀ ਰਜਨਾ ਜੀ ਹਾਂ ਰੰਜਨਾ ਠੀਕ ਹੈ ਅਪਰੋਕਸੀਮੇਟ ਆਨਸਰ ਉਹਨਾਂ ਨੇ ਕਿਹਾ 4788 ਕਿਲੋ ਜਾਉਲ ਆਨਸਰ ਆ ਗਿਆ ਸਮੇਂ ਦੀ ਗੱਲ ਨੂੰ ਇਆਏਗਾ 11ਵੇਂ ਦਾ ਬੀ ਆਪਸ਼ਨ। 5 ਟੀਆਰ ਉਹਵੇਂ ਵੀ ਨਿਕਲ ਸਕਦਾ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ i² rt ਨਾਲ ਵੀ ਕੱਢ ਲਓ ਭਾਵੇਂ। ਕਿਉਂਕਿ ਆਪਾਂ ਵੀ ਚੀਜ਼ ਲਗਾ ਸਕਦੇ ਆ ਨਾ v ir ਆਵਲੀ ਲਗਾ ਲਓ ਚਾਹੇ ਠੀਕ ਹੈ ਨਾ ਐਵੇਂ ਵਾਲਾ ਵੀ ਯੂਜ਼ ਕਰਕੇ ਕਰ ਸਕਦੇ ਹੋ। ਪਰ ਜਦੋਂ ਆਪਾਂ ਨੂੰ ਆਂਦਾ ਤਾਂ ਫਾਰਮੂਲਾ ਸਿੱਧਾ ਵੀ ਲੱਗ ਜਾਂਦਾ ਜੀ। ਹਾਂਜੀ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ H I²RT ਵਾਲਾ ਵੀ ਫਾਰਮੂਲਾ ਹੈਗਾ ਆ ਵੀ ਚੀਜ਼ ਲੱਗ ਜਾਂਦੀ ਹੈ VI ਨਾਲ ਵੀ ਠੀਕ ਹੈ ਸਤਪਾਲ ਜੀ ਓਕੇ ਦੋਨੋਂ ਨਾਲ ਹੋ ਸਕਦਾ ਹੈ ਡੀਅਰ ਆ ਫਾਰਮੂਲੇ ਨਾਲ ਵੀ ਕਰ ਸਕਦੇ ਹੋ ਡੀਅਰ ਡੋਂਟ ਵਰੀ ਐਂਡ ਵਸੇ ਤੁਹਾਨੂੰ ਰਿਸਿਸਟੈਂਸ ਬਸ ਕੱਢਣੀ ਪੈਣੀ ਹੈ ਜਿਵੇਂ ਤੁਹਾਡਾ ਦਿਲ ਕਰਦਾ ਹੈ ਹਰ ਇੱਕ ਚੀਜ਼ ਨੂੰ ਕਰਨ ਦਾ ਇੱਕ ਮੈਥਡ ਹੈ ਠੀਕ ਹੈ ਚਲੋ ਅਗਲਾ 12ਵਾਂ ਕੁਐਸਚਨ ਤੁਹਾਡੇ ਸਾਹਮਣੇ ਬੜਾ ਸੋਖਾ ਕੁਐਸਚਨ ਹੈ ਬਹੁਤ ਹੀ ਸੋਖਾ ਕੁਐਸਚਨ ਜਦੋਂ ਇੱਕ ਵਸਤੂ ਵਿਰਾਮ ਵਿੱਚ ਹੁੰਦੀ ਹੈ ਤਾਂ ਉਸ ਦਾ ਵੇਗ ਕੀ ਹੁੰਦਾ ਹੈ when an object is at rest then its velocity is ਹੁਣ ਇਹ ਤਾਂ ਆਉਂਦਾ ਹੋਣਾ ਨਾ ਸਾਰਿਆਂ ਨੂੰ हाँ जी द ऑबजैक्ट इज एट रेस्ट बिल्कुल विलोसिटी भी की होगी जी जीरो होगी क्योंकि वो आपकी डायरेक्शन ही नहीं चेंज कर रहा जी ऑबजैक्ट अगर कोई रेस्ट दे विच है गया तो उनकी विलोसिटी भी की रहेगी <tipan -गादेवागा> हाँ जी अगला क्वेश्चन तेरवा क्वेश्चन तो सामने ग्रैविटेशनल फोर्स इज इन्फ्लुएंस्ड बाय ऑब्जेक्ट गुरुत्षण बल वस्तुओं वस्तुआ द्वारा वस्तु के डैश द्वारा प्रभावित है कोई भी चीज से अगर ग्रैविटेशनल फोर्स लग रही है ऑब्जेक्ट देखिए जी वेट पर डिपेंड करता है जी ਡিয়ার ਹਾਪਫੁਲ ਹਾਪਫੁਲੀ ਜੀ ਜਲਦੀ ਐਸ ਮਤਲਬ ਉਮੀਦ ਹੈ ਕਿ ਜਨਵਰੀ ਦੇ ਵਿੱਚ ਪਹਿਲਾਂ ਪੀਐਸਟ ਜਨਵਰੀ ਜਾਂ ਫ फेब्रुवारी ਦੇ ਅੰਦਰ ਪਹਿਲਾਂ ਪੀਐਸਟ ਹੋਣ ਦੀ ਉਮੀਦ ਹੈ ਪੂਰੀ ਚਲੋ ਦਾ ਫਰੰਟ ਫੇਸ ਆਫ ਸਰਕੂਲਰ ਵਾਇਰ ਇਜ਼ ਨਾਰਥ ਪੋਲ ਤੁਹਾਡੇ ਸਾਹਮਣੇ ਦੇਖ ਲਓ ਨਾਰਥ ਵਾਲੀ ਕੋਈ ਚੀਜ਼ ਜਾ ਰਹੀ ਹੈ ਤਾਂ ਕਰੰਟ ਕੀ ਹੈ ਜੀ ਕੁਝ ਇਸ ਤਰੀਕੇ ਨਾਲ ਅਗਰ ਤੁਹਾਨੂੰ ਪਤਾ ਹੋਵੇ ਤਾਂ ਠੀਕ ਹੈ ਜੀ ਅਗਰ ਤੁਹਾਨੂੰ ਪਤਾ ਹੈ ਨਾਰਥ ਵਾਲ ਆ ਦੇਖੋ ਹੁਣ ਆ ਮੈਕਸवेल ਤੇ ਅਗਰ ਡਿਪੈਂਡ ਕਰਦਾ ਇਹ ਵਾਲਾ ਕੁਐਸਚਨ ਇਹ ਵਾਲਾ ਜਿਹੜਾ ਕੁਐਸਚਨ ਹੈਗਾ ਜੀ ਮੈਕਸਵੈਲ ਤੇ ਹੈਗਾ ਜੀ ਆ ਦੇਖੋ ਜਦੋਂ ਕਰੰਟ ਉੱਪਰ ਨੂੰ ਜਾ ਰਿਹਾ ਹੈ ਤਾਂ ਜਿਹੜੀ ਆਪਣੀ ਆ ਡਾਇਰੈਕਸ਼ਨ ਹੈ ਕਿ ਜਾ ਰਹੀ ਹੈ ਓਪੋਜ਼ਿਟ ਜਾ ਰਹੀ ਹੈ ਤੁਸੀਂ ਧਿਆਨ ਨਾਲ ਦੇਖੋ ਨਾਰਥ ਵੱਲ ਤਾਂ ਕਰੰਟ ਕੀ ਜਾ ਰਿਹਾ ਹੈ ਜੀ ਕਰੰਟ ਦੀ ਡਾਇਰੈਕਸ਼ਨ ਕਿਹੜੀ ਰਹੇਗੀ ਕਰੰਟ ਦੀ ਡਾਇਰੈਕਸ਼ਨ ਕਿਹੜੀ ਰਹੇਗੀ ਜੀ ਉਲਟੀ ਜਾ ਰਹੀ ਹੈ ਹਾਂਜੀ ਕੀ ਰਹੇਗਾ ਜੀ ਐਂਟੀ ਕਲੋਕਵਾਈਸ ਤੁਹਾਨੂੰ ਆ ਡਾਇਰੈਕਸ਼ਨ ਪਤਾ ਲੱਗ ਗਿਆ ਨਾ ਮੈਕਸवेल ਵਾਲਾ ਰੂਲ ਮੈਕਸਵੈਲ ਵਾਲਾ ਰੂਲ ਕਲੀਅਰ ਹੋ ਗਿਆ ਉਹ ਨਾ ਦੇਖੋ ਉੱਪਰ ਨੂੰ ਗਏ ਉੱਪਰ ਨਾਲ ਜਾਣ ਨਾਲ ਆਪਣੀ ਜਿਹੜੀ ਆ ਡਾਇਰੈਕਸ਼ਨ ਹੈ ਦੇਖੋ ਇੱਧਰ ਨੂੰ ਮੂਵ ਕਰ ਰਹੀ ਹੈ ਉਲਟਾ ਕਰ ਰਹੀ ਹੈ ਤਾਂ ਥੈਟ ਮੀਨਸ ਕੀ ਆ ਗਿਆ ਜੀ ਐਂਟੀ ਕਲੋਕਵਾਈਸ ਚੱਲ ਰਿਹਾ ਸਮਝ ਕੇ ਗੱਲ ਨੂੰ ਲਾਸਟ ਕੁਐਸਚਨ ਅੱਜ ਦਾ ਸਿਨੇਮੈਟਿਕ ਸਿਨੇਮੈਟੋਗ੍ਰਾਫੀ మేਕ ਯੂਸ ਇਸ ਆਫ ਅਕੋਮੋਡੇਸ਼ਨ ਪ੍ਰੈਜ਼ਿਸਟੈਂਸ ਆਫ ਵਿਜ਼ਨ ਦ੍ਰਿਸ਼ਟੀ ਦੀ ਸਥਿਰਤਾ ਵਕਰੀ ਦ੍ਰਿਸ਼ਟੀ ਦੀ ਘੱਟ ਤੋਂ ਘੱਟ ਧੂਰੀ ਔਰ ਬਾਈਕ ਫੋਕਲ ਲੈਂਸ ਸਿਸਟਮ ਹਾਂਜੀ ਮੈਕਸਵੈਲ ਰਾਈਟ ਹੈਂਡ ਰੂਲ ਹਾਂਜੀ ਦੱਸੋ 15th ਕੁਐਸਚਨ ਦਾ ਕੀ ਆਨਸਰ ਆਏਗਾ ਪਾਲ ਜੀ ਮੈਂ ਪਹਿਲਾਂ ਹੀ ਦੱਸਤਾ ਮੈਕਸਵੈਲ ਰੂਲ ਹਾਂਜੀ ਬਿਲਕੁਲ ਬੀ ਆਪਸ਼ਨ ਪ੍ਰੇਜ਼ਿਸਟੈਂਸ ਆਫ ਵਿਜ਼ਨ ਜਦੋਂ ਵੀ ਸਿਨੇਮੈਟੋਗ੍ਰਾਫੀ ਕਰਦੇ ਆ ਆਪਾਂ ਆਪਾਂ ਕਹਿੰਦੇ ਫੋਟੋ ਕਲਿੱਕ ਕਰਨੀ ਹੈ ਬਿਲਕੁਲ ਸਟੇਬਲ ਖੜੇ ਰਹੋ ਆਪਦੀ ਦ੍ਰਿਸ਼ਟੀ ਦੀ ਸਥਿਰਤਾ ਬਣਾ ਕੇ ਰੱਖੋ ਪਲਕਾ ਨਾ ਚਪਕਾਓ ਉਹ ਵਾਲੇ ਕਨਸੈਪਟ ਤੋਂ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ ਚਲੋ ਜੀ ਮਿਲਦੇ ਆਂ ਨੈਕਸ ਸੈਸ਼ਨ ਦੇ ਵਿੱਚ ਉਸ ਵੇਲੇ ਅਗਰ ਮੈਂ ਤੁਹਾਨੂੰ ਦੱਸ ਦਾਂ ਕਿ ਆਪਣੇ ਫ੍ਰੀ WhatsApp ਗਰੁੱਪਸ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਬਨਣ ਲਈ ਆਪਦਾ ਨੇਮ ਆਪਦਾ ਪੇਪਰ ਲਾਈਕ ਤੁਸੀਂ ਪੰਜਾਬ ਪੁਲਿਸ ਜਾਂ 9994 ਦੀ ਤਿਆਰੀ ਕਰ ਰਹੇ ਹੋ ਤਾਂ ਆਪਦਾ ਉਸ ਤਰੀਕੇ ਨਾਲ ਸਿਟੀ ਉਸ ਵਕਤ ਕਿਹੜੀ ਸਿਟੀ ਤੋਂ ਬਿਲੋਂਗ ਕਰਦੇ ਹੋ ਮੇਲ ਜਾਂ ਫੀਮੇਲ ਟਾਈਪ ਕਰਕੇ ਸਾਨੂੰ ਇਸ ਨੰਬਰ ਤੇ ਮੈਸੇਜ ਕਰ ਦਿਓ ਤਾਂ ਕਿ ਅਸੀਂ ਤੁਹਾਨੂੰ WhatsApp ਗਰੁੱਪਸ ਦੇ ਵਿੱਚ ਐਡ ਕਰ ਲਈਏ ਹੋਪਫੁਲੀ ਅੱਜ ਦਾ ਲੈਕਚਰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਮੈਂ ਉਮੀਦ ਕਰਦੀ ਆਂ ਉਸ ਵਕਤ ਦੁਬਾਰਾ ਦੱਸ ਦਾਂ ਜੋ ਕਿਨ ਮੋਸਰ ਦੇ ਰਿਗਾਰਡਿੰਗ ਸਾਈਕਲੋਜੀ ਪਲਸ ਸੀਡੀਪੀ ਪੈਡਾਗੋਜੀ ਦਾ ਕੋਰਸ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਸਾਈਕਲੋਜੀ ਪਲਸ ਕੰਪਲੀਟ ਪੈਡਾਗੋਜੀ ਤੁਹਾਨੂੰ ਮਿਲੇਗੀ ਫ੍ਰੀ ਡੈਮੋਸ ਦੇਖਣ ਲਈ ਤੁਸੀਂ ਟੈਟ ਬਜ਼ਰ ਐਪ ਨੂੰ ਹੁਣੇ Google Play Store ਤੋਂ ਵੀ ਇੰਸਟਾਲ ਕਰ ਸਕਦੇ ਹੋ ਮਿਲਦੇ ਆਂ ਜੀ ਨੈਕਸਟ ਸੈਸ਼ਨ ਦੇ ਅੰਦਰ ਬਾਏ ਟੇਕ ਕੇਅਰ ਔਰ ਚਾਹਦੇ ਜਾਂਦੇ ਜਰੂਰ ਦੱਸ ਕੇ ਜਾਇਓ ਕਿੰਨੇ ਮਾਰਕਸ ਤੁਸੀਂ ਸਕੋਰ ਕੀਤੇ ਐ ਲੈਕਚਰ ਕਿੱਦਾਂ ਦਾ ਲੱਗਿਆ ਔਰ ਆਉਣ ਵਾਲੇ ਲੈਕਚਰਸ ਦੇ ਵਿੱਚ ਤੁਹਾਡੀ ਕਲਾਸ ਦਾ ਪ੍ਰੋਪਰ ਟੈਸਟ ਸਟਾਰਟ ਕਰਨ ਜਾ ਰਹੇ ਆ ठीक है जी और उस इंग्लिश की भी सारिया क्लासेस जल्दी स्टार्ट हो जा रही है क्योंकि आप कल पेपर डेट अनाउंस हो या जब आप बिठाता ऐदा नहीं अभी पूरी तैयारी